8 ਅਗਸਤ ਨੂੰ ਐਸਐਸ ਬੋਰਡ ਵੱਲੋਂ 1152 ਪਟਵਾਰੀਆਂ ਦੀਆਂ ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰਾਂ ਦੀਆਂ ਭਰਤੀ ਵਾਸਤੇ ਰਿਟਨ ਟੈਸਟ ਜਿਹੜਾ ਉਹ ਕੀਤਾ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਜੀ ਦੀ ਗੌਰਮੈਂਟ ਦਾ ਘਰ ਘਰ ਨੌਕਰੀ ਦੇਣ ਦੀ ਪੋਲਿਸੀ ਔਰ ਇਹ ਰਿਕਰੂਟਮੈਂਟ ਪਿਓਰ ਮੈਰਿਟ ਔਰ ਪਾਰਦਰਸ਼ਤਾ ਦੇ ਨਾਲ ਕਰਨ ਲਈ ਇਹਦੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਨੇ ਔਰ ਇਹ ਪ੍ਰਬੰਧ ਸਰਕਾਰ ਲੈਵਲ 'ਤੇ ਚੀਫ ਸੈਕਟਰੀ ਸਾਹਿਬਾਂ ਔਰ DGP ਔਰ ਸੈਕਟਰੀ ਪਰਸੋਨਲ ਲੈਵਲ 'ਤੇ ਇਹਨਾਂ ਨੂੰ ਰਿਵਿਊ ਕੀਤਾ ਗਿਆ ਔਰ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਉਹਨਾਂ ਪ੍ਰਬੰਧਾਂ ਦੇ ਵਿੱਚ ਤਕਰੀਬਨ 507 ਸੈਂਟਰਸ ਪੰਜਾਬ ਦੇ ਵਿੱਚ ਬਣਾਏ ਗਏ ਨੇ ਔਰ ਇੱਕ ਸੈਂਟਰ ਜਿਹੜੇ ਨੇ ਕੁਛ ਚੰਡੀਗੜ੍ਹ ਦੇ ਵਿੱਚ ਯੂਨੀਅਨ ਟੈਰੀਟਰੀ ਦੇ ਵਿੱਚ ਹੋਣਗੇ ਔਰ ਇਹਦੇ ਵਿੱਚ ਤਕਰੀਬਨ 2,33,181 ਕੈਂਡੀਡੇਟਸ ਨੇ ਅਪਲਾਈ ਕੀਤਾ ਔਰ ਅਸੀਂ ਜਿਹੜੀ ਤਿਆਰੀ ਆ ਉਹ ਪੂਰੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਵਾਸਤੇ ਕੀਤੀ ਗਈ ਆ। ਮੇਨ ਮਕਸਦ ਜਿਹੜੇ ਸੈਂਟਰਸ ਹੈਗੇ ਨੇ ਉਹਦੇ ਵਿੱਚ ਕਈ ਵਕਤ ਇਹ ਹੋ ਜਾਂਦਾ ਸੀਗਾ ਇੱਕ ਕੈਂਡੀਡੇਟ ਦੀ ਜਗ੍ਹਾ ਦੂਸਰਾ ਕੈਂਡੀਡੇਟ ਬੈਠ ਕੇ ਪੇਪਰ ਦੇ ਸਕਦਾ ਸੀ, ਉਸ ਚੀਜ਼ ਨੂੰ ਰੋਕਣ ਵਾਸਤੇ ਬਾਇਓਮੈਟ੍ਰਿਕ ਟੈਸਟ ਜਿਹੜੇ ਨੇ ਉਹ ਕੰਪਲਸਰੀ ਕਰਤਾ ਔਰ ਉਹ ਟੈਸਟ ਜਿਹੜਾ ਉਹ 3 ਲੈਵਲ 'ਤੇ ਹੋਊਗਾ, ਇੱਕ ਐਗਜ਼ਾਮੀਨੇਸ਼ਨ ਵੇਲੇ, ਦੂਸਰਾ ਕਾਉਂਸਲਿੰਗ ਔਰ ਤੀਸਰਾ ਜੁਆਇਨਿੰਗ ਵੇਲੇ। ਸੋ ਜਿੱਥੇ ਵੀ ਕਿਤੇ ਕੋਈ ਡਿਫਰੈਂਸ ਆਏਗਾ ਉਸੇ ਵਕਤ ਉਹ ਕੈਂਡੀਡੇਟ ਜਿਹੜਾ ਉਹ ਡਿਸਕੁਆਲੀਫਾਈ ਹੋ ਜਾਏਗਾ। ਇਹ ਸਾਰੀ ਪ੍ਰਕਿਰਿਆ ਨੂੰ ਬਕਾਇਦਾ ਵੀਡੀਓਗ੍ਰਾਫੀ CCTV ਕੈਮਰਾਸ ਦੇ ਵਿੱਚ ਹੋਣਗੇ ਔਰ ਇਸ ਤੋਂ ਇਲਾਵਾ ਜੈਮਲ ਜਿਹੜੇ ਨੇ ਉਹ ਹਰ ਇੱਕ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਲਾਏ ਗਏ ਨੇ ਤਾਂ ਕਿ ਜਿਹੜੇ ਕੈਂਡੀਡੇਟ ਨੇ ਇਗਜ਼ਾਮ ਦੇਣ ਆਉਣਾ ਉਹ ਇਕੱਲਾ ਖਾਲੀ ਹੱਥ ਆਵੇ, ਉਹਨੂੰ ਪੈੱਨ ਔਰ OMR ਉੱਥੇ ਮੁਹੱਈਆ ਹੋਏਗੀ ਔਰ ਖਾਸ ਕਰਕੇ ਉਹ ਜੈਮਲਸ ਦੇ ਵਿੱਚ ਕੋਈ ਵੀ ਤੁਸੀਂ ਇਲੈਕਟ੍ਰੋਨਿਕ ਗੈਜਟਸ ਉਹ ਚੱਲ ਨਹੀਂ ਸਕਣਗੀਆਂ, ਉਹਨਾਂ ਨੂੰ ਬਿਲਕੁਲ ਪੋਸੀਬਲ ਨਹੀਂ ਹੋਏਗਾ। ਇਸ ਕਰਕੇ ਅਨਫੇਅਰ ਮੀਂਦ ਨੂੰ ਰੋਕਣ ਵਾਸਤੇ ਇਹ ਜੈਮਲਸ ਦਾ ਵੀ ਪ੍ਰਬੰਧ ਕੀਤਾ ਗਿਆ। ਦੂਸਰੀ ਗੱਲ ਅਸੀਂ ਇਹਦੇ ਵਿੱਚ ਇਹ ਕੀਤੀ ਹੈ ਵੀ ਜਿਹੜਾ ਕੈਂਡੀਡੇਟ ਆ ਉਹਨਾਂ ਦਾ ਕੌਨਫੀਡੈਂਸ ਹੋਰ ਸਿਸਟਮ ਦੇ ਵਿੱਚ ਬਿਲਡ ਹੋਵੇ। ਅਸੀਂ ਜਿਹੜੀ OMR ਨੇ ਉਹ ਸੇਮ ਡੇ ਕਲੈਕਸ਼ਨ ਸ਼ੁਰੂ ਹੋ ਜਾਊਗੀ ਔਰ ਉਸੇ ਦਿਨ ਹੀ ਸਕੈਨਿੰਗ ਸ਼ੁਰੂ ਹੋਣ ਤੋਂ ਬਾਅਦ ਤੀਸਰੇ ਦਿਨ ਉਹਦਾ ਜਿਹੜਾ ਇਮੇਜ ਆ ਉਹ ਅਪਲੋਡ ਹੋ ਜਾਊਗਾ ਔਰ ਡਿਟੇਲ OMR ਜਿਹੜੀ ਆ ਇਟ ਵਿਲ ਟੇਕ ਅਬਾਊਟ 5 ਡੇਜ਼, ਉਹ ਕਰਕੇ ਅਤੇ ਉਹਨਾਂ ਦੇ OMR ਜਿਹੜੀਆਂ ਨੇ ਉਹ ਅਪਲੋਡ ਹੋ ਕੇ ਕੈਂਡੀਡੇਟਸ ਦੇਖ ਸਕਣਗੇ। ਜਿਹੜੀ ਦੀ ਪ੍ਰੋਵੀਜ਼ਨਲ ਆਨਸਰ ਕੀ ਆ ਉਹ ਨੈਕਸਟ ਡੇ ਹੀ ਬੱਚਿਆਂ ਨੂੰ ਕੈਂਡੀਡੇਟਸ ਨੂੰ ਮਿਲ ਜਾਏਗੀ ਉਹ ਤਾਂ ਕਿ ਉਹ ਆਪਣੇ ਪਰਫੋਰਮੈਂਸ ਉਸ ਆਨਸਰ ਕੀ ਨਾਲ ਦੇ ਸਕਣ ਔਰ ਜਿਸ ਵਕਤ ਡਿਟੇਲ OMR ਜਿਹੜੀ ਆ ਜਾਏਗੀ ਔਨ ਦੀ ਵੈਬਸਾਈਟ ਫਿਰ ਅਸੀਂ ਉਹਨਾਂ ਨੂੰ ਤਕਰੀਬਨ 3 ਦਿਨ ਦੇਵਾਂਗੇ ਜਿਹਦੇ 'ਚ ਆਪਣੇ ਓਬਜੈਕਸ਼ਨਸ ਫਾਈਲ ਕਰ ਸਕਣਗੇ ਵੀ ਜੇ ਉਹਨਾਂ ਨੂੰ ਕਿਸੇ ਕੁਐਸਚਨ ਦੇ ਉੱਪਰ ਕੋਈ ਕਨਫਿਊਜ਼ਨ ਹੈ, ਕਿਸੇ ਆਨਸਰ ਦੇ ਕਨਫਿਊਜ਼ਨ ਹੈ ਜਾਂ ਕੋਈ ਕੁਐਸਚਨ ਠੀਕ ਨਹੀਂ ਹੈ ਉਹਦੇ ਓਬਜੈਕਸ਼ਨ 3 ਦਿਨ 'ਚ ਫਾਈਲ ਕਰਨਗੇ। ਉਸ ਓਬਜੈਕਸ਼ਨ ਦੀ ਫਿਰ ਬਕਾਇਦਾ ਨਿਪਟਾਰਾ ਕੀਤਾ ਜਾਏਗਾ ਵਿਦ ਦੀ ਐਕਸਪਰਟ ਕਮੇਟੀ ਔਰ ਜਦੋਂ ਨਿਪਟਾਰਾ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਫਾਈਨਲ ਆਨਸਰ ਕੀ ਔਰ ਰਿਜ਼ਲਟ ਜਿਹੜਾ ਉਹ ਡਿਕਲੇਅਰ ਕਰਤਾ ਜਾਊਗਾ। ਇਹ ਪਹਿਲੇ ਪੜਾਅ ਦਾ ਪੇਪਰ ਹੈ ਔਰ ਇਸ ਤੋਂ ਬਾਅਦ ਤਕਰੀਬਨ 1152 ਪੋਸਟਾਂ ਨੇ ਇਹਦਾ 10 ਗੁਣਾ 11 ਤੋਂ 12 ਹਜ਼ਾਰ ਉਹ ਦੁਬਾਰਾ ਅਸੀਂ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਪੇਪਰ ਹੈ ਉਹ ਲਿਆ ਜਾਊਗਾ। ਸੋ ਕਹਿਣ ਤੋਂ ਭਾਵ ਕਿ ਅਸੀਂ ਚਾਹੁੰਦੇ ਹਾਂ ਕਿ ਜਿਹਦਾ ਹੱਕ ਆ ਉਹਨੂੰ ਮਿਲੇ ਔਰ ਟੋਟਲ ਜਿਹੜੀ ਮੈਰਿਟ ਆ ਉਹ ਪ੍ਰਵੇਲ ਹੋਣੀ ਚਾਹੀਦੀ ਆ ਔਰ ਇਹ ਸਾਰੇ ਸਿਸਟਮ ਨੂੰ ਸਾਫ਼ ਸੁਥਰਾ ਕਰਨ ਵਾਸਤੇ SS ਬੋਰਡ ਵੱਲੋਂ ਪੂਰੀ ਤਨਦੇਹੀ ਨਾਲ ਤਿਆਰੀ ਕੀਤੀ ਗਈ ਆ। ਇਸ ਬੋਰਡ ਦੇ ਸੈਕਟਰੀ ਮਿਸਟਰ ਅਮਨਦੀਪ ਬਾਂਸਲ IAS ਇਹਨਾਂ ਦੀ ਨਿਗਰਾਨੀ ਥੱਲੇ ਜਿਹੜਾ ਸਾਡਾ ਸਾਰਾ ਕਲੈਰੀਕਲ ਸਟਾਫ ਹੈ ਉਹ ਵੀ ਸਾਰੇ ਵਚਨਬੱਧ ਨੇ ਇਸ ਗੱਲ ਲਈ ਕਿ ਇਹ ਜਿੰਨੀ ਰਿਕਰੂਟਮੈਂਟ ਆ ਹੋਣ ਵਾਲੀ ਵੀ ਜਾਂ ਇਸ ਤੋਂ ਪਹਿਲਾਂ ਵੀ ਜਿਹੜੀ SS ਬੋਰਡ ਨੇ ਕੀਤੀ ਆ ਉਹ ਸਾਰੀ ਇਹਨਾਂ ਚੀਜ਼ਾਂ ਦੇ ਨਾਲ ਨਵੀਂ ਟੈਕਨੋਲੋਜੀ ਦੇ ਨਾਲ ਕਰਕੇ ਤਾਂ ਕਿ ਇਹ ਰਿਕਰੂਟਮੈਂਟ ਜਿਹੜੀ ਆ ਉਹ ਮੈਰਿਟ ਦੇ ਉੱਪਰ ਸਾਫ਼ ਸੁਥਰੀ ਹੋ ਸਕੇ ਔਰ ਟਾਈਮ ਬਾਊਂਡ ਹੋਵੇ। ਤੁਸੀਂ ਵੇਖਦੇ ਸੀ ਵੀ ਕਈ ਵਾਰੀ ਕੈਂਡੀਡੇਟ ਪੇਪਰ ਦੇ ਦਿੰਦਾ ਸੀ ਔਰ ਸਾਲ ਸਾਲ ਉਹਨੂੰ ਉਹਦੀ ਆਨਸਰ ਸ਼ੀਟ ਨਹੀਂ ਸੀ ਮਿਲਦੀ ਔਰ ਉਹਨੂੰ ਫਿਰ RTI ਦੇ ਵਿੱਚ ਜਾਣਾ ਪੈਂਦਾ ਸੀਗਾ ਔਰ ਕਈ ਵਾਰੀ ਉਨੀ ਦਿਨ ਰਿਜ਼ਲਟ ਨਿਕਲ ਜਾਂਦਾ ਸੀ ਕੈਂਡੀਡੇਟ ਜੁਆਇਨ ਕਰ ਜਾਂਦੇ ਸੀ। ਅਸੀਂ ਉਸ ਚੀਜ਼ ਨੂੰ ਖਤਮ ਕਰਨ ਵਾਸਤੇ OMR ਜਿਹੜੀਆਂ ਨੇ ਉਹ ਤਕਰੀਬਨ ਤੀਸਰੇ ਦਿਨ ਹੀ ਕੈਂਡੀਡੇਟ ਦੇ ਸਾਹਮਣੇ ਆ ਜਾਣਗੀਆਂ ਔਰ ਕਈ ਇਗਜ਼ਾਮ ਦੇ ਵਿੱਚ ਅਸੀਂ ਇੱਕ ਪਿੱਛੇ ਇਗਜ਼ਾਮ ਲਿਆ ਫਿਸ਼ਰੀ ਆਫੀਸਰਸ ਦਾ, ਉਹਦੇ ਵਿੱਚ ਅਸੀਂ ਕਾਰਬਨ ਕਾਪੀ ਜਿਹੜੀ ਆ ਉਹਦੀ ਆਨਸਰ ਸ਼ੀਟ ਦੀ ਉਹ ਵੀ ਅਸੀਂ ਕੈਂਡੀਡੇਟਸ ਨੂੰ ਦੇ ਦਿੱਤੀ ਸੀਗੀ ਵੀ ਉਹ ਘਰ ਜਾ ਕੇ ਵੀ ਦੇਖ ਲੈਣ ਵੀ ਕੀ ਉਹ ਅਟੈਂਪਟ ਕਰਕੇ ਆਏ ਨੇ ਔਰ ਜਿਸ ਵਕਤ ਉਹਦੀ OMR ਅਪਲੋਡ ਹੁੰਦੀ ਹੈ ਉਹਦੇ ਨਾਲ ਵੀ ਕੰਪੇਅਰ ਕਰ ਸਕਦਾ।
ਸੋ ਸਾਡੀ ਪੂਰੀ ਇਹੀ ਕੋਸ਼ਿਸ਼ ਆ, ਖਾਸਕਰ ਪੰਜਾਬ ਸਰਕਾਰ ਲੈਵਲ ਦੇ ਉੱਪਰ ਇਹ ਜਿਹੜੀ ਉਹਨਾਂ ਦੀ ਵਚਨਬੱਧਤਾ ਹੈ ਉਹਦੇ ਉੱਪਰ SS ਬੋਰਡ ਤਨਦੇਹੀ ਦੇ ਨਾਲ ਪਹਿਰਾ ਦੇ ਕੇ ਸਾਡੀ ਕੋਸ਼ਿਸ਼ ਹੈ ਕਿ ਇਹ ਮੈਰਿਟ ਦੇ ਉੱਪਰ ਹੋਵੇ, ਇੰਤਜ਼ਾਮ ਪੂਰੇ ਕਰ ਲਏ ਗਏ ਨੇ। ਔਰ ਮੇਰੀ ਇੱਕ ਅਪੀਲ ਵੀ ਆ, ਖਾਸ ਕਰ ਕੈਂਡੀਡੇਟਸ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ, ਦੇਖੋ ਅੱਜ ਇੱਕ ਸਮਾਂ ਆ ਗਿਆ, ਸੁਸਾਇਟੀ ਡਿਵੈਲਪ ਹੋ ਗਈ ਆ ਔਰ ਇਹ ਸੁਸਾਇਟੀ ਦੇ ਵਿੱਚ ਰਿਕਰੂਟਮੈਂਟ ਪਿਓਰ ਮੈਰਿਟ ਦੇ ਉੱਪਰ ਪੰਜਾਬ ਸਰਕਾਰ ਨੇ ਕੀਤੀ ਹੈ, ਔਰ ਇਹਦਾ ਮੈਂ ਸਮਝਣਾ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਾਂਦਾ। ਉਹਨਾਂ ਨੇ ਇਸ ਗੱਲ ਲਈ ਇਨਸ਼ੋਰ ਕੀਤਾ ਕਿ ਕਿਸੇ ਕਿਸਮ ਦੀ ਕੋਈ ਸਿਫਾਰਿਸ਼, ਕੋਈ ਰਿਕਮੈਂਡੇਸ਼ਨ ਨਾ ਚੱਲੇ, ਇੰਟਰਵਿਊ ਦੇ ਨੰਬਰ ਇਹਦੇ ਵਿੱਚ ਕੋਈ ਨਹੀਂ ਹੈਗੇ। ਸੋ ਜਿਹੜਾ ਕੈਂਡੀਡੇਟ ਆਪਣੇ ਬਲਬੁੱਤੇ ਦੇ ਉੱਪਰ ਆਪਣੀ ਲਿਆਕਤ ਦੇ ਨਾਲ, ਆਪਣੀ ਨੌਲੇਜ ਦੇ ਨਾਲ ਕਰੂਗਾ, ਉਹ ਜੇ ਸਿਲੈਕਸ਼ਨ ਜ਼ੋਨ ਦੇ ਵਿੱਚ ਆ ਜਾਊਗਾ ਤਾਂ ਉਹਨੂੰ ਨੌਕਰੀ ਕਰਨ ਦਾ ਮੌਕਾ ਮਿਲ ਜਾਏਗਾ। ਅੱਜ ਦੇ ਸਮਾਜ ਦੇ ਵਿੱਚ ਜਿੱਥੇ ਸਾਰੇ ਪਾਸੇ ਗਿਰਾਵਟ ਆਈ ਆ, ਕਈ ਥਾਵਾਂ ਤੇ ਲੋਕ ਕਈ ਤਰੀਕੇ ਦੇ ਤੁਹਾਨੂੰ ਲੋਭ ਲਾਲਚ ਦੇਣਗੇ ਵੀ ਇਸ ਤਰੀਕੇ ਨਾਲ, ਪਰ ਕਿਉਂਕਿ ਸਿਸਟਮ ਇਹੋ ਜਿਹਾ ਬਣ ਗਿਆ ਜਿੱਥੇ ਹਿਊਮਨ ਇੰਟਰਫੇਰੈਂਸ ਹੈ ਨਹੀਂ, ਮੇਰੀ ਅਪੀਲ ਹੈ ਕੈਂਡੀਡੇਟਸ ਨੂੰ ਵੀ ਔਰ ਉਹਨਾਂ ਦੇ ਮਾਪਿਆਂ ਨੂੰ ਵੀ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ, ਬਿਲਕੁਲ ਕਿਸੇ ਹੋਰ ਤਰੀਕੇ 'ਚ ਨਾ ਆਉਣ, ਕਿਸੇ ਅਨਫੇਅਰ ਮੀਨਸ ਦੇ ਵਿੱਚ ਨਾ ਆਉਣ। ਕੋਈ ਗੱਲ ਚੱਲਣੀ ਨਹੀਂ ਹੈਗੀ, ਸਿਰਫ ਚੱਲਣੀ ਆ ਬੱਚੇ ਦੀ ਆਪਣੀ ਕਾਬਲੀਅਤ, ਆਪਣੀ ਨੌਲੇਜ ਔਰ ਉਹ ਕੀ ਪੇਪਰ ਦੇ ਵਿੱਚ ਕਰਕੇ ਆਉਂਦਾ। ਔਰ ਇਹ ਜਿਹੜਾ ਸਿਸਟਮ ਸਾਰਾ ਡਿਵੈਲਪ ਕੀਤਾ ਜਿਹਦੇ ਤੁਹਾਨੂੰ ਮੈਂ ਦੱਸਿਆ ਕਿ ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਵੱਲੋਂ ਹਰ ਤਰੀਕੇ ਦੀ ਨਿਗਰਾਨੀ ਕੀਤੀ ਜਾਊਗੀ, ਵੀਡੀਓਗ੍ਰਾਫੀ ਪੂਰੀ ਹੋਏਗੀ, CCTV ਕੈਮਰਾਜ਼ ਹੋਣਗੇ, ਬਾਇਓਮੈਟ੍ਰਿਕ ਟੈਸਟ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਇੱਕ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਕਰਨਗੇ। ਐਟਲੀਸਟ ਸਾਡੀ ਮਨਸ਼ਾ, ਬੋਰਡ ਦੀ ਵੀ ਮਨਸ਼ਾ ਕਿ ਜਿਹੜੇ ਕੈਂਡੀਡੇਟਸ ਆਪਣੀ ਮੈਰਿਟ 'ਤੇ ਆਉਣਗੇ ਉਹ 30 ਸਾਲ ਉਹਨਾਂ ਨੇ ਸਿਸਟਮ 'ਚ ਰਹਿਣਾ, ਅਤੇ ਜੇ ਅਸੀਂ ਚੰਗਾ ਸਟਾਫ ਸਿਸਟਮ 'ਚ ਦੇ ਸਕਾਂਗੇ ਤਾਂ ਮੈਂ ਸਮਝਦਾ ਵੀ 30 ਸਾਲ ਅੱਗੇ ਉਹ ਸਿਸਟਮ ਚੰਗਾ ਚੱਲੇਗਾ। ਸੋ ਅਸੀਂ ਬਹੁਤ ਸਾਡੇ ਨੌਜਵਾਨਾਂ ਨੇ ਝੇਲਿਆ, ਸੋ ਹੁਣ ਸਾਨੂੰ ਇੱਕ ਸਿਸਟਮ ਨੂੰ ਵਧੀਆ ਚਲਾਉਣ ਦੀ ਲੋੜ ਆ, ਔਰ ਉਹਦੇ ਵਿੱਚ ਮੈਂ ਸਾਰਿਆਂ ਦੀ ਦੀ ਕੋਪਰੇਸ਼ਨ ਵੀ ਮੰਗਦਾ ਔਰ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਬਿਲਕੁਲ ਕਿਸੇ ਅਨਫੇਅਰ ਮੀਨ 'ਚ ਨਾ ਪੈਣਾ, ਸਿਰਫ ਆਪਣੀ ਲਿਆਕਤ ਔਰ ਆਪਣੀ ਨੌਲੇਜ ਦਾ ਸਹਾਰਾ ਲੈ ਕੇ ਸਿਲੈਕਸ਼ਨ ਲੈ। ਬੈਂਸ ਸਾਹਿਬ, ਪੋਸਟਾਂ ਕਿਹੜੀਆਂ ਕਿਹੜੀਆਂ ਨੇ ਪਟਵਾਰੀ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਨੇ ਉਹ ਵੀ ਦੱਸ ਦਿਓ ਮਾੜਾ ਜਿਹਾ, ਜ਼ਿਲ੍ਹੇਦਾਰ ਦੀ। ਦੇਖੋ ਅਸੀਂ ਹੁਣ ਤੱਕ ਜਿਹੜੀਆਂ ਟੋਟਲ ਜਦੋਂ ਤੋਂ ਬੋਰਡ ਬਣਿਆ, ਸਭ ਤੋਂ ਪਹਿਲਾਂ ਅਸੀਂ 883 ਕਲੈਰੀਕਲ ਦੇ ਵਿੱਚ ਸਿਲੈਕਸ਼ਨਸ ਕੀਤੀਆਂ ਨੇ, ਉਸ ਤੋਂ ਬਾਅਦ 402 ਦੇ ਕਰੀਬ ਅਸੀਂ ਸਟੈਨੋਟਾਈਪਿਸਟ ਕੀਤੇ ਨੇ, ਉਸ ਤੋਂ ਬਾਅਦ ਐਕਸਾਈਜ਼ ਇੰਸਪੈਕਟਰਸ ਕੀਤੇ ਨੇ, ਕਾਨੂੰਗੋ ਕੀਤੇ ਨੇ, ਉਸ ਤੋਂ ਬਾਅਦ ਫੂਡ ਸੇਫਟੀ ਆਫਿਸਰਸ ਕੀਤੇ ਨੇ, ਫਿਸ਼ਰੀ ਆਫਿਸਰਸ ਕੀਤੇ ਨੇ, ਫਿਸ਼ਰੀ ਆਫਿਸਰ ਦਾ ਦੂਸਰੀ ਵਾਲੀ ਕੀਤਾ, ਹੁਣ ਇੱਕ ਅਸੀਂ ਲੀਗਲ ਕਲਰਕਸ ਦਾ ਐਗਜ਼ਾਮੀਨੇਸ਼ਨ ਕੀਤਾ। ਇਹ ਸਾਰੇ ਐਗਜ਼ਾਮਸ ਅਸੀਂ ਪਹਿਲਾਂ ਕਰ ਚੁੱਕੇ ਹਾਂ, ਔਰ ਅਸਿਸਟੈਂਟ ਸੁਪਰਡੈਂਟ ਜੇਲ ਉਹਦੇ ਵਿੱਚ ਵੀ ਐਗਜ਼ਾਮੀਨੇਸ਼ਨ ਹੋਇਆ ਸੀਗਾ, ਔਰ ਤੁਸੀਂ ਦੇਖਿਆ ਸੀਗਾ ਕਿ ਈਵਨ ਉਹਦੇ ਫਿਜ਼ੀਕਲ ਟੈਸਟ ਦੇ ਵਿੱਚ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਹਨੂੰ ਯੂਜ਼ ਕੀਤਾ ਗਿਆ, ਔਰ ਉਹਦੇ 'ਚ ਬਕਾਇਦਾ ਐਵਰੀਥਿੰਗ ਵਾਸ ਕੰਪਿਊਟਰਾਈਜ਼ਡ, ਔਰ ਈਵਨ ਜਿਹੜਾ ਤੁਹਾਡਾ ਹਾਈਟ ਵੀ ਆ ਉਹ ਵੀ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ, ਕੰਪਿਊਟਰ ਦੇ ਨਾਲ ਕੀਤਾ। ਸੋ ਤਾਂ ਕਿ ਹਰ ਇੱਕ ਨੂੰ ਕੋਈ ਕਿਸੇ ਕਿਸਮ ਦਾ ਕੋਈ ਕਨਫਿਊਜ਼ਨ ਨਾ ਰਹੇ, ਔਰ ਹਰ ਇੱਕ ਨੂੰ ਇਹ ਦੇਖੋ ਪਾਰਦਰਸ਼ਤਾ ਹੋਣੀ ਵੀ ਜ਼ਰੂਰੀ ਆ, ਪਰ ਪਾਰਦਰਸ਼ਤਾ ਨਜ਼ਰ ਆਵੇ ਇਹ ਵੀ ਜ਼ਰੂਰੀ ਆ। ਔਰ ਇਸ ਕਰਕੇ ਅਸੀਂ ਉਸ ਅਸਿਸਟੈਂਟ ਸੁਪਰਡੈਂਟ ਜੇਲ੍ਹ ਦੇ ਵਿੱਚ ਇਸ ਵਕਤ ਹੋਇਆ ਸੀਗਾ, ਈਵਨ ਦੌੜ ਦੇ ਵਿੱਚ ਜਿਹੜੇ ਕੈਂਡੀਡੇਟਸ ਨੂੰ ਕੋਈ ਸ਼ੱਕ ਸ਼ੁਬਾ ਸੀਗਾ, ਇਮੀਡੀਏਟਲੀ ਐਪਲੀਕੇਸ਼ਨ ਦੇ ਕੇ ਆਪਣਾ ਰਿਕਾਰਡ ਦੇਖ ਸਕਦੇ ਸੀਗੇ, ਔਰ ਰਿਕਾਰਡ ਦੇ ਹਿਸਾਬ ਨਾਲ ਉਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਕਿੰਨੇ ਮਿੰਟ, ਫੋਰ ਐਗਜ਼ਾਮਪਲ 18.5 ਸੈਕਿੰਡ 'ਚ ਦੌੜ ਪੂਰੀ ਕਰਨੀ ਸੀ, ਜੇ ਕਿਸੇ ਨੇ 19 ਸੈਕਿੰਡ 'ਚ ਕੀਤੀ ਆ ਉਹਦਾ ਰਿਕਾਰਡ ਵੀ ਉਹਦੇ ਕੋਲ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਕੀਤੀਆਂ ਔਰ ਅੱਗੇ ਅਸੀਂ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਜੇਲ੍ਹ ਸੁਪਰਡੈਂਟ ਦੀ ਭਰਤੀ ਆ, ਵੈਟਰਨ ਇੰਸਪੈਕਟਰ ਦੀ ਅਸੀਂ 22 ਤਰੀਕ ਨੂੰ ਕਰਨ ਜਾ ਰਹੇ ਹਾਂ, ਟੈਕਨੀਕਲ ਅਸਿਸਟੈਂਟ ਦੀ ਕਰਨ ਜਾ ਰਹੇ ਹਾਂ। ਸੋ ਅੱਗੇ ਬਹੁਤ ਸਾਰੇ ਹੋਰ ਭਰਤੀਆਂ ਆ ਰਹੀਆਂ ਨੇ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀਆਂ ਆ ਰਹੀਆਂ ਨੇ, ਸੁਪਰਵਾਈਜ਼ਰ ਦੀਆਂ ਆ ਰਹੀਆਂ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮੇਨ ਮਨਸ਼ਾ ਬੋਰਡ ਦਾ ਵੀ ਔਰ ਸਰਕਾਰ ਦਾ ਵੀ, ਔਰ ਖਾਸ ਕਰ ਦੇਖੋ ਮੈਂ ਇਸ ਗੱਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਕਿ ਮੇਰੇ ਜਿਹੜੇ ਬੋਰਡ ਦੇ ਮੈਂਬਰ ਸਾਹਿਬਾਨ ਨੇ, ਮੇਰੇ ਜਿਹੜੇ ਸੈਕਟਰੀ ਨੇ ਬੋਰਡ ਦੇ ਜਾਂ ਮੇਰਾ ਕਲੈਰੀਕਲ ਸਟਾਫ ਹੈ, ਇਹਨਾਂ ਦੀ ਸਾਰਿਆਂ ਦੀ ਟੀਮ ਵਰਕ ਦੇ ਨਾਲ ਹੀ ਅਸੀਂ ਇਹਨੂੰ ਕਰ ਸਕੇ ਹਾਂ। ਜੇ ਕੋਈ ਇਕੱਲਾ ਇਸ ਸਿਸਟਮ ਨੂੰ ਠੀਕ ਕਰਨਾ ਚਾਹੇ ਕਿਸੇ ਵੇਲੇ ਪੋਸੀਬਲ ਨਹੀਂ ਹੁੰਦਾ, ਸੋ ਇਟ ਇਜ਼ ਆਲਵੇਜ਼ ਅ ਟੀਮ ਵਰਕ ਜਿਹੜੀ ਇਸ ਸਿਸਟਮ ਨੂੰ ਠੀਕ ਕਰਦੀ ਹੈ। ਔਰ ਮੈਂ ਸਮਝਦਾ ਕਿ ਇਹ ਇੱਕ ਪੰਜਾਬ ਲਈ ਬਹੁਤ ਇੱਕ ਮੁਬਾਰਕ ਦਿਨ ਹੈ ਵੀ ਜਿੱਥੇ ਅੱਜ ਰਿਕਰੂਟਮੈਂਟ ਜਿਹੜੀ ਆ ਉਹ ਪਿਛਲੇ ਕਈ ਸਾਲਾਂ ਤੋਂ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਔਰ ਇਹਦੇ ਲਈ ਮੈਂ ਸਮਝਦਾ ਵੀ ਜਿਹੜਾ ਸਾਡੀ ਯੂਥ ਹੈ ਉਹਦਾ ਸਿਸਟਮ ਵੀ ਅੱਜ ਬਿਲਡਅਪ ਹੋ ਗਿਆ। ਔਰ ਤੁਸੀਂ ਦੇਖੋਗੇ ਇਹਦੇ ਵਿੱਚ ਜਿਹੜੇ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਵੀ ਉਹਨਾਂ ਨੂੰ ਵੀ ਮੌਕਾ ਮਿਲਿਆ ਸਿਸਟਮ ਦੇ ਵਿੱਚ ਆਉਣ ਦਾ,
ਸੋ ਇਸ ਗੱਲ ਲਈ ਮੈਂ ਸਮਝਦਾ ਕਿ ਸਾਰੀ ਸਾਡੀ ਜਿਹੜੀ ਮੈਂਬਰ ਸਾਹਿਬਾਨ ਨੇ ਜਾਂ ਮੇਰੀ ਜਿਹੜੀ ਆਫੀਸ਼ੀਅਲ ਟੀਮ ਹੈ ਉਹਨਾਂ ਦੀ ਵੀ ਸਾਰਿਆਂ ਦੀ ਕੰਟਰੀਬਿਊਸ਼ਨ ਹੈ ਐਂਡ ਆਈ ਐਮ ਥੈਂਕਫੁਲ ਟੂ ਦੈਮ ਆਲਸੋ। ਇੱਕ ਸੈਂਟਰਸ ਦੀ ਵੀ ਗੱਲ ਹੈ, ਜਿਵੇਂ ਤੁਸੀਂ ਦੱਸ ਰਹੇ ਸੀ 13 ਜ਼ਿਲ੍ਹਿਆਂ ਦੇ ਵਿੱਚ ਸੈਂਟਰਸ ਬਣਾਏ ਆ ਜੀ, ਪਰ ਕਈ ਕੈਂਡੀਡੇਟਸ ਨੂੰ ਇਹਦੀ ਮੁਸ਼ਕਲ ਆ ਰਹੀਆਂ ਨੇ ਕਿ ਜਿਵੇਂ ਮੰਨ ਲਓ ਮੋਹਾਲੀ ਦਾ ਕੈਂਡੀਡੇਟ ਆ, ਇੱਥੇ ਅਗਰ ਨਹੀਂ ਮਿਲ ਰਿਹਾ ਤਾਂ ਉਹ ਬੜੀ ਦੂਰ ਮਿਲ ਰਿਹਾ, ਜਲੰਧਰ ਮਿਲ ਰਿਹਾ, ਵਿੱਚ ਇੰਨੇ ਜ਼ਿਲ੍ਹਿਆਂ ਦੇ। ਦੇਖੋ ਐਸੀ ਕੋਈ ਗੱਲ ਨਹੀਂ, ਤੁਹਾਨੂੰ ਮੈਂ ਹੋਰ 'ਚ ਬੜੀ ਪਾਰਦਰਸ਼ਤਾ ਦੀ ਗੱਲ ਦੱਸ ਦਵਾਂ। ਅਸੀਂ ਸੈਂਟਰਸ ਸ਼ਹਿਰ ਤਕਰੀਬਨ ਸਾਰੇ ਕੈਂਡੀਡੇਟਸ ਨੂੰ ਪਤਾ, ਪਰ ਉਹਦਾ ਸੈਂਟਰ ਕਿੱਥੇ ਬਣਨਾ ਉਹ ਇੱਕ ਦਿਨ ਪਹਿਲਾਂ ਹੀ ਪਤਾ ਲੱਗੂਗਾ। ਔਰ ਇਹਦੇ ਲਈ ਅਸੀਂ ਬਿਲਕੁਲ ਇਹ ਨਹੀਂ ਕੀਤਾ ਕਿ ਮੋਹਾਲੀ ਵਾਲਾ ਜਲੰਧਰ ਚਲੇ ਜਾਏ, ਉਹਦੇ ਵਿੱਚ ਜਿਹੜੀ ਮਿਕਸਿੰਗ ਹੋਏਗੀ ਉਹ ਇਸ ਤਰੀਕੇ ਦੇ ਨਾਲ ਹੋਏਗੀ ਵੀ ਜਿਹੜਾ ਕੈਂਡੀਡੇਟ ਆ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਚਲੇ ਜਾਏ। ਔਰ ਇਹਦੇ ਲਈ ਅਸੀਂ ਟਰਾਂਸਪੋਰਟ ਮਹਿਕਮੇ ਨੂੰ ਵੀ ਹਦਾਇਤ ਕੀਤੀ ਆ ਸਰਕਾਰ ਵੱਲੋਂ ਵੀ ਤੁਸੀਂ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਵੀ ਉੱਦਣ ਚਲਾਓ ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ। ਸੋ ਇਹਦੇ 'ਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਜਿਹੜਾ ਇਹ ਨਹੀਂ ਹੋ ਸਕਦਾ ਮੋਹਾਲੀ ਦਾ ਬੱਚਾ ਅੰਮ੍ਰਿਤਸਰ ਜਾਵੇ, ਨੋ ਦੈਟ। ਬਟ ਵੈਸੇ ਵੀ ਅਦਰਵਾਈਜ਼ ਜਿਹੜਾ ਪੰਜਾਬ ਆ ਬਹੁਤ ਛੋਟਾ ਜਿਹਾ, 2-2.5 ਘੰਟੇ 'ਚ ਅਸੀਂ ਹਰ ਜਗ੍ਹਾ ਪਹੁੰਚ ਜਾਂਦੇ ਹਾਂ, ਪਰ ਇਹ 'ਚ ਇਨਸ਼ੋਰ ਕੀਤਾ ਗਿਆ ਕਿ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਹੀ ਹੋਣ। ਪਰ ਅਸੀਂ ਇਸ ਦੇਖੋ ਪਾਰਦਰਸ਼ਤਾ ਜਾਂ ਚੀਜ਼ਾਂ ਤਾਂ ਹੀ ਆਉਣਗੀਆਂ ਜੇ ਥੋੜ੍ਹਾ ਜਿਹਾ ਆਪਾਂ ਸਟੈਪ ਲਵਾਂਗੇ। ਜੇ ਪਤਾ ਹੀ ਹੋਏ ਕਿ ਮੈਂ ਇੱਕ ਜ਼ਿਲ੍ਹੇ ਦਾ ਰਹਿਣ ਵਾਲਾ ਵੀ ਉੱਥੇ ਹੀ ਪੇਪਰ ਹੋਣਾ, ਤਾਂ ਫਿਰ ਕਈ ਚੀਜ਼ਾਂ ਮੈਨੇਜ ਹੋ ਸਕਦੀਆਂ ਨੇ। ਸੋ ਸਾਡੀ ਕੋਸ਼ਿਸ਼ ਹੀ ਹੈਗੀ ਆ ਕਿ ਉਹਨਾਂ ਨੂੰ ਦੂਸਰੇ ਥਾਵਾਂ ਤੇ ਭੇਜਿਆ ਜਾਵੇ, ਪਰ ਨਾਟ ਐਟ ਅ ਫਾਰ ਡਿਸਟੈਂਸ, ਅਡਜੋਨਿੰਗ ਦੇ ਵਿੱਚ ਕੀਤਾ ਜਾਵੇ। ਇਨਸਪੈਕਟਰਸ ਤੇ ਜਿਹੜੇ ਆਬਜ਼ਰਵਰਸ ਨੇ ਉਹ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜੇ ਰਹਿਣਗੇ? ਉਹ ਦੇਖੋ ਜੀ, ਤਕਰੀਬਨ ਜਿਹੜੇ ਸਾਡੇ ਸਿਵਲ ਦੇ ਹੋਣਗੇ ਜਾਂ ਪੁਲਿਸ ਹੋਣਗੇ, ਮੇਰੇ ਖਿਆਲ ਐਵਰੇਜ 3-3, 4-4 ਸੈਂਟਰਸ ਇੱਕ ਇੱਕ ਦੇ ਕੋਲ ਹੋਣਗੇ, ਤੇ 1.5 ਘੰਟੇ ਦਾ ਇਹ ਸਾਰਾ ਜਿਹੜਾ ਐਗਜ਼ਾਮੀਨੇਸ਼ਨ ਹੈ। ਸੋ ਈਜ਼ੀਲੀ 3-3, 4-4 ਸੈਂਟਰ ਉਹ ਵਿਜ਼ਿਟ ਕਰ ਸਕਣਗੇ। ਦੇਖੋ ਮੇਨ ਮਕਸਦ ਤੇ ਉਹਨਾਂ ਦਾ ਇਹ ਹੈ ਕਿ ਇੱਕ ਸੁਪਰਵਿਜ਼ਨ ਦੇ ਉੱਪਰ ਦੂਸਰੀ ਸੁਪਰਵਿਜ਼ਨ, ਪਹਿਲਾਂ ਇਨਵਿਜੀਲੇਟਰ ਆ, ਇਨਵਿਜੀਲੇਟਰ ਦੇ ਉੱਪਰ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਸੈਂਟਰ ਸੁਪਰਡੈਂਟ ਆ ਉਹਦੇ ਉੱਪਰ ਅਬਜ਼ਰਵਰ ਆ, ਔਰ ਉਹਦੇ ਉੱਪਰ ਫਿਰ ਐਡਮਿਨਿਸਟ੍ਰੇਸ਼ਨ ਦਾ ਅਬਜ਼ਰਵਰ ਆ, ਪਰ ਉਹਦੇ ਨਾਲ ਇੱਕ ਪੁਲਿਸ ਦਾ ਅਬਜ਼ਰਵਰ ਆ, ਉਹਦੇ ਨਾਲ ਸਾਡੇ ਮੈਂਬਰ ਸਾਹਿਬਾਨ ਨੇ। ਸੋ ਜਿਸ ਵਕਤ 5-6 ਜਾਣੇ ਕਰਨਗੇ ਤਾਂ ਮੈਂ ਇਸ ਫਿਰ ਸਮਝਦਾ ਉਸ ਵਕਤ ਫਿਰ ਕੋਈ ਮੁਸ਼ਕਲ ਦੀ ਗੁੰਜਾਇਸ਼ ਨਹੀਂ ਰਹਿੰਦੀ। ਸੋ ਜੇ ਕਿਤੇ ਵੀ ਕੋਈ ਹੈਂਕੀ ਪੈਂਕੀ ਹੋਵੇ, ਸੋ ਦੇਅਰ ਆਰ ਮੈਨੀ ਲੇਅਰਸ, 1, 2, 3, 4, 5 ਵਿਚ ਕੈਨ ਬੀ ਚੈੱਕ ਦਮ। ਸਟਾਕ ਰੂਮਸ ਵੀ ਕੋਈ ਸਪੈਸ਼ਲ ਤਾਂ ਨਹੀਂ? ਬਿਲਕੁਲ ਜੀ, ਜਿਹੜੇ ਸਾਡੇ ਜਿੱਥੇ ਅਸੀਂ ਸਟਰੋਂਗ ਰੂਮਸ ਬਣਾਏ ਨੇ ਉੱਥੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਗਾਰਡ ਕੀਤਾ ਜਾ ਰਿਹਾ, ਔਰ ਉਹਦੇ 'ਤੇ CCTV ਕੈਮਰੇ ਹੋਣਗੇ, ਔਰ ਉਹ ਬਿਲਕੁਲ ਅੰਡਰ ਗਾਰਡ ਰਹਿ ਕੇ ਉਹਦੀ ਵੀਡੀਓਗ੍ਰਾਫੀ ਹੋਏਗੀ। ਵੀਡੀਓਗ੍ਰਾਫੀ ਦੇ ਨਾਲ ਹੀ ਉਹ ਈਵਨ ਜਿੱਥੋਂ ਪੇਪਰ ਚੱਲਣਗੇ ਉਹਦੀ ਵੀਡੀਓਗ੍ਰਾਫੀ ਵੀ, ਪਹੁੰਚਣ ਵੇਲੇ ਵੀ, ਖੋਲ੍ਹਣ ਵੇਲੇ ਵੀ, ਉਹਨੂੰ ਕਲੋਜ਼ ਕਰਨ ਵੇਲੇ ਵੀ ਵੀਡੀਓਗ੍ਰਾਫੀ 'ਚ ਹੋਏਗੀ। ਸੋ ਐਵਰੀਥਿੰਗ ਵਿਲ ਬੀ ਅੰਡਰ ਚੈੱਕ, ਔਰ ਉਹਦੇ ਵਿੱਚ ਕੋਈ ਲਕੋਚ ਪੋ ਵਾਲੀ ਗੱਲ ਨਹੀਂ ਹੋਏਗੀ। ਸਾਹਿਬ ਇੱਕ ਜਿਹੜਾ ਜਿਹੜੇ ਕਾਫੀ ਨਾਮੀ ਇੰਸਟੀਚਿਊਟਸ ਨੇ, ਅਕੈਡਮੀਜ਼ ਨੇ, ਉਹ ਮੌਕ ਟੈਸਟਾਂ ਦੀਆਂ ਕਾਪੀ ਜਿਹੜੇ ਦੇ ਰਹੇ ਨੇ, ਮਤਲਬ ਪਿਛਲੇ 5-10 ਸਾਲਾਂ ਦੇ ਮੌਕ ਟੈਸਟ ਦੇ ਕੇ 500-500 ਰੁਪਏ 'ਚ ਵੇਚ ਰਹੇ ਨੇ ਕਿ ਇਹ ਤੁਸੀਂ ਕਰ ਲਓਗੇ ਤਾਂ ਤੁਹਾਨੂੰ ਲੋੜ ਨਹੀਂ ਐਕਸਟਰਾ ਪੜ੍ਹਨ ਦੀ। ਸੋ ਇਸ ਕਿਸਮ ਦੇ ਜ਼ਿਆਦਾਤਰ ਮਤਲਬ ਬੱਚੇ ਜਿਹੜੇ ਇਹਦੇ ਪਿੱਛੇ ਲੱਗੇ ਹੋਏ ਨੇ, ਕੋਈ ਉਹਨਾਂ ਲਈ ਅਪੀਲ ਕਰਨੀ ਚਾਹੋਗੇ? ਦੇਖੋ ਮੇਰੀ ਅਪੀਲ ਤੇ ਬੱਚਿਆਂ ਨੇ ਖੁਦ ਦੇਖਣਾ ਵੀ ਉਹਨਾਂ ਨੇ ਕਿਹੜਾ ਕੋਚਿੰਗ ਸੈਂਟਰ ਲੈਣਾ ਜਾਂ ਕਿਸ ਤਰ੍ਹਾਂ ਪੜ੍ਹਾਈ ਕਰਨੀ ਆ। ਮੇਰੀ ਬੱਚਿਆਂ ਨੂੰ ਇੱਕੋ ਹੀ ਅਪੀਲ ਆ ਕਿ ਦੇਖੋ ਰਿਕਰੂਟਮੈਂਟ ਹੁਣ ਮੈਰਿਟ 'ਤੇ ਹੋ ਗਈ ਆ, ਔਰ ਇਹਦੇ ਵਿੱਚ ਖਾਸ ਕਰ ਮੇਰੀ ਰਿਕੁਐਸਟ ਹੈ ਮੇਰੇ ਪੋਲੀਟੀਕਲ ਕੁਲੀਗਸ ਨੂੰ ਵੀ CM ਸਾਹਿਬ ਨੇ ਬਹੁਤ ਵਧੀਆ ਸਟੈਂਡ ਲਿਆ ਜਿਹਦੇ 'ਚ ਉਹਨਾਂ ਨੇ ਹਿਊਮਨ ਇੰਟਰਫੇਰੈਂਸ ਨੂੰ ਨਹੀਂ ਰੱਖਿਆ। ਸੋ ਸਾਨੂੰ ਵੀ ਇੱਕ ਪਬਲਿਕ ਓਪੀਨੀਅਨ ਬਣਾਉਣਾ ਚਾਹੀਦਾ, ਜਿਹੜਾ ਤੁਹਾਡੇ ਕੋਲ ਬੰਦਾ ਆਉਂਦਾ, ਮੇਰੇ ਕੋਲ ਵੀ ਆਉਂਦਾ, ਮੈਂ ਵੀ ਉਹਨੂੰ ਸਮਝਾਉਂਦਾ ਕਿ ਮੈਂ ਚੇਅਰਮੈਨ ਜ਼ਰੂਰ ਹਾਂ ਪਰ ਮੇਰੇ 'ਚ ਕੋਈ ਡਿਸਕ੍ਰਿਪਸ਼ਨ ਨਹੀਂ ਹੈਗੀ। ਜਿਸ ਵਕਤ ਡਿਸਕ੍ਰਿਪਸ਼ਨ ਤੁਸੀਂ ਖਤਮ ਕਰ ਦਿਓਗੇ ਨਾ, ਤਾਂ ਫਿਰ ਆਪਣੇ ਆਪ ਸਿਸਟਮ ਠੀਕ ਚੱਲਣਾ ਸ਼ੁਰੂ ਹੋਏਗਾ। ਅਸੀਂ ਡਿਸਕ੍ਰਿਪਸ਼ਨ ਇੰਟਰਵਿਊ ਦੀ ਸੀਗੀ, ਖਤਮ ਹੋ ਗਈ, ਟੋਟਲ ਐਗਜ਼ਾਮੀਨੇਸ਼ਨ ਆ ਗਈ, OMR ਬੱਚੇ ਚੈੱਕ ਕਰ ਲੈਣ, ਉਹ ਆਪਣਾ OMR ਅਪਲੋਡ ਹੋ ਗਈ। ਸੋ ਜਿੱਥੇ ਜਿੱਥੇ ਹਿਊਮਨ ਇੰਟਰਫੇਰੈਂਸ ਖਤਮ ਹੋ ਜਾਏਗੀ, ਸਿਸਟਮ ਆਪਣੇ ਆਪ ਠੀਕ ਹੁੰਦਾ ਚਲੇ ਜਾਏਗਾ। ਪਰ ਮੇਰੀ ਅਪੀਲ ਵੀ ਆ ਸਾਰਿਆਂ ਨੂੰ ਵੀ ਕੋਈ ਕਿਸੇ ਦੇ ਪਿੱਛੇ ਨਾ ਫਿਰੋ, ਸਮਾਜ ਦੇ ਵਿੱਚ ਬੜੀ ਗਿਰਾਵਟ ਆ ਗਈ ਆ, ਇਹਨੂੰ ਖਤਮ ਕਰੋ, ਆਪਣੀ ਪੜ੍ਹਾਈ ਦੇ ਉੱਪਰ, ਆਪਣੀ ਮਿਹਨਤ ਦੇ ਉੱਪਰ ਅਸੀਂ ਲਈਏ ਔਰ ਮਿਹਨਤ ਕਰਾਂਗੇ। ਦੇਖੋ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਅਸੀਂ ਫਿਸ਼ਰੀ ਦਾ ਟੈਸਟ ਲਿਆ, 234 ਬੱਚੇ ਉਹਦੇ ਵਿੱਚ ਹੋਏ ਨੇ, 28 ਪੋਸਟਾਂ ਸੀਗੀਆਂ, ਓਨਲੀ 21 ਕੁਡ ਕਲੀਅਰ ਇਟ। ਸੋ ਬੱਚਿਆਂ ਨੂੰ ਪੜ੍ਹਨ ਦੀ ਲੋੜ ਆ, ਮਿਹਨਤ ਕਰਨ ਦੀ ਲੋੜ ਆ, ਇਸ ਕਰਕੇ ਜਿੰਨਾ ਮਿਹਨਤ ਕਰੋਗੇ ਓਨਾ ਤੁਸੀਂ ਠੀਕ ਸਿਸਟਮ 'ਚ ਆਓਗੇ ਔਰ ਤੁਹਾਡੇ ਆਉਣ ਨਾਲ ਸਿਸਟਮ ਠੀਕ ਚੱਲੂਗਾ।